ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਦਵਾਈ ਲੈਣ ਜਾ ਰਹੇ ਐਸਆਈ ਦਾ ਲੁਟੇਰਿਆਂ ਨੇ ਗੋਲੀ ਮਾਰ ਕੇ ਕੀਤਾ ਕਤਲ ਇਲਾਕੇ ਚ ਫੈਲੀ ਸਨਸਣੀ ਤਰਨਤਾਰਨ ਵਿੱਚ ਪੰਜਾਬ ਪੁਲਿਸ ਦੇ ASI ਨੂੰ ਦੇਰ ਰਾਤ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਮੌਕੇ ਤੇ ਪਹੁੰਚੀ ਪੁਲਿਸ ਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਪਿਤਾ ਪੁੱਤਰ ਦਵਾਈ ਲੈਣ ਲਈ ਘਰੋਂ ਨਿਕਲੇ ਸਨ ਤੇ ਘਰ ਤੋਂ ਕੁਝ ਹੀ ਦੂਰੀ ਤੇ ਇਹ ਘਟਨਾ ਵਾਪਰ ਗਈ ਸੂਤਰਾਂ ਮੁਤਾਬਕ ਪੁਲਿਸ ਲਾਈਨ ਦੇ ਵਿੱਚ ਰਹਿੰਦਾ ਪੰਜਾਬ ਪੁਲਿਸ ਦਾ ASI ਗੁਰਦੀਪ ਸਿੰਘ ਆਪਣੇ ਪੁੱਤਰ ਮਨਪ੍ਰੀਤ ਸਿੰਘ ਦੇ ਸਮੇਤ ਸਕੂਟਰੀ ਦੇ ਸਵਾਰ ਹੋ ਕੇ ਜਾ ਰਿਹਾ ਸੀ ਪੁਲਿਸ ਲਾਈਨ ਤੋਂ ਕੁਝ ਦੂਰੀ ਤੇ ਅਮਰਤਸਰ ਮਾਰਗ ਤੋਂ ਪਿੰਡ ਕੱਕਾ ਕੰਡਿਆਲਾ ਜਾਂਦੇ ਰਸਤੇ ਨੂੰ ਉਹਨਾਂ ਨੂੰ ਬਾਈਕ ਸਵਾਰ ਲੁਟੇਰਿਆਂ ਨੇ ਲੁੱਟਣ ਦਾ ਯਤਨ ਕੀਤਾ ਵਿਰੋਧ ਕਰਨ ਤੇ ਉਕਤ ਲੁਟੇਰਿਆਂ ਨੇ ਏਐਸਆਈ ਗੁਰਦੀਪ ਸਿੰਘ ਦਾ ਗੋਲੀ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ਤੇ ਡੀਐਸਪੀ ਪੜਤਾਲ ਕਮਲਜੀਤ ਸਿੰਘ ਔਲਖ ਥਾਣਾ ਸਿਟੀ ਦੇ ਮੁਖੀ ਜਸਵੰਤ ਸਿੰਘ ਪੁਲਿਸ ਪਾਰਟੀ ਦੇ ਸਮੇਤ ਪਹੁੰਚੇ ਡੀਐਸਪੀ ਕਮਲਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਦੌਰਾਨ ਲੁਟੇਰਿਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਸਾਹਮਣੇ ਆਈ ਹੈ ਸੁਖਬੀਰਦੀ ਮੋਦੀ ਨੂੰ ਅਪੀਲ ਕਿਸਾਨਾਂ ਲਈ ਮੰਗਿਆ ਵਿਆਪਕ ਰਾਹਤ ਪੈਕੇਜ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਉਹ ਕੇਂਦਰੀ ਵਿੱਤ ਮੰਤਰਾਲੇ ਨੂੰ ਕਿਸਾਨਾਂ ਦੇ ਲਈ ਵਿਆਪਕ ਰਾਹਤ ਪੈਕੇਜ ਦੇਣ ਦੀ ਹਦਾਇਤ ਕਰਨ ਦੱਸਦੀ ਹੈ ਕਿਸਾਨ ਲਗਾਤਾਰ ਕੇਂਦਰ ਦੇ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ ਇਸ ਪ੍ਰਦਰਸ਼ਨ ਨੂੰ ਕਿਸਾਨ ਪੂਰੇ ਜੋਰ ਦੇ ਨਾਲ ਜਾਰੀ ਰੱਖ ਰਹੇ ਹਨ ਤੇ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ ਉਧਰੋਂ ਕੇਂਦਰ ਦੀ ਮੋਦੀ ਸਰਕਾਰ ਵੀ ਆਪਣੇ ਲਏ ਹੋਏ ਫੈਸਲੇ ਤੋਂ ਪੈਰ ਪਿੱਛੇ ਖਿੱਚਣ ਲਈ ਤਿਆਰ ਨਹੀਂ ਸਰਉਤੇ ਵੀਰੋ ਜੇਕਰ ਤੁਸੀਂ ਕਿਸਾਨ ਅੰਦੋਲਨ ਦੀ ਸਪੋਰਟ ਕਰਦੇ ਹੋ ਤਾਂ ਕਮੈਂਟ ਸੈਕਸ਼ਨ 'ਚ ਯੈਸ ਜ਼ਰੂਰ ਲਿਖੋ ਕੇਂਦਰ ਦੇ ਇਨ੍ਹਾਂ ਵਿਵਾਦਪੂਰਨ ਬਿੱਲਾਂ ਨੇ ਹੀ ਅਕਾਲੀ ਦਲ ਭਾਜਪਾ ਨੂੰ ਦਹਾਕਿਆ ਪੁਰਾਣਾ ਗੱਠ ਜੋੜ ਵੀ ਟੁੱਟ ਚੁੱਕਾ ਦੱਸ ਦਈਏ ਇਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹੀ ਅਕਾਲੀ ਦਲ ਇੱਕੋ ਇੱਕ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੀ ਅਸਤੀਫਾ ਦੇਣਾ ਪਿਆ ਸੀ ਅਜਿਹੀ ਸਥਿਤੀ ਦੇ ਵਿੱਚ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੇਂਦਰੀ ਵਜਾਰ ਤਛੜਨ ਵਾਲੀ ਅਕਾਲੀ ਦਲ ਦੀ ਕਿਸੇ ਵੀ ਅਪੀਲ ਨੂੰ ਮੋਦੀ ਸਰਕਾਰ ਮੰਨੇਗੀ ਜਾਂ ਨਹੀਂ ਮੰਨੇਗੀ ਸਰੋਤੇ ਵੀਰੋ ਕੀ ਤੁਹਾਨੂੰ ਲੱਗਦਾ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਗੱਲ ਮੰਨਣਗੇ ਜਾਂ ਨਹੀਂ ਆਪਣੇ ਕੀਮਤੀ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਰੱਖ ਸਕਦੇ ਹੋ ਐਤਵਾਰ ਤੋਂ ਮੋੜ ਖੁੱਲਣਗੇ ਸਨੇਮੇ ਮਲਟੀਪਲੈਕਸ ਤੇ ਮਨੋਰੰਜਨ ਪਾਰਕ ਪੰਜਾਬ ਸਰਕਾਰ ਦੇ ਵੱਲੋਂ ਹੁਕਮ ਹੋਏ ਜਾਰੀ ਨਵੰਬਰ ਮਹੀਨੇ ਚ ਕਰੋਨਾ ਕਾਰਨ ਕਰੋਨਾ ਦੇ ਨਾਲ ਲੜਨ ਲਈ ਪੰਜਾਬ ਸਰਕਾਰ ਨੇ ਨਵੀਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਨੇ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਸਿਨੇਮੇ ਹਾਲ ਮਲਟੀਪਲੈਕਸਾਂ ਤੇ ਮਨੋਰੰਜਨ ਪਾਰਕ ਸ਼ਰਤਾਂ ਸਮੇਤ ਮੋੜ ਖੋਲਣ ਦੇ ਹੁਕਮ ਜਾਰੀ ਕੀਤੇ ਨੇ ਗ੍ਰਹਿ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੇ ਮੁਤਾਬਕ ਉਪਰੋਕਤ ਮਨੋਰੰਜਨ ਕੇਂਦਰ ਸਿਹਤ ਵਿਭਾਗ ਦੇ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ ਸਿਰਫ 50% ਦੀ ਸਮਰੱਥਾ ਦੇ ਨਾਲ ਹੀ ਇਹ ਖੋਲੇ ਜਾਣਗੇ ਪੰਜਾਬ ਵਿੱਚ ਅੱਜ ਕਰੋਨਾ ਮ੍ਰਿਤਕਾਂ ਦੀ ਗਿਣਤੀ 4200 ਤੋਂ ਪਾਰ ਅੱਜ ਹੋਈਆਂ 16 ਮੌਤਾਂ ਤੇ 503 ਨਵੇਂ ਮਾਮਲੇ ਆਏ ਸਨ ਸੂਬੇ ਦੇ ਵਿੱਚ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਅੱਜ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 4200 ਤੋਂ ਪਾਰ ਹੋ ਗਈ ਹੈ ਸ਼ਨੀਵਾਰ ਨੂੰ ਕਰੋਨਾ ਕਾਰਨ 16 ਮਰੀਜ਼ ਦਮ ਤੋੜ ਗਏ ਜਦਕਿ 503 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਮਰਨ ਵਾਲੇ ਮਰੀਜ਼ਾਂ ਵਿੱਚ ਬਠਿੰਡਾ ਅੰਮ੍ਰਿਤਸਰ ਲੁਧਿਆਣਾ ਮੁਹਾਲੀ ਮੁਕਤਸਰ ਫਰੀਦਕੋਟ ਫਿਰੋਜ਼ਪੁਰ ਜਲੰਧਰ ਮੋਗਾ ਤਰਨਤਾਰਨ ਤੋਂ ਸ਼ਾਮਲ ਹਨ ਇਸ ਦੇ ਇਲਾਵਾ 328 ਮਰੀਜ਼ ਕਰੋਨਾ ਮੁਕਤ ਹੋ ਗਏ ਆਪੋ ਆਪਣੇ ਘਰਾਂ ਨੂੰ ਗਏ ਹਨ ਪੁਲਿਸ ਬੈਰੀਗੇਡ ਤੇ ਲਾਇਆ ਖਾਲਿਸਤਾਨ ਦਾ ਝੰਡਾ ਪੁਲਿਸ ਤੇ ਖੂਫੀਆ ਤੰਤਰ ਦੀ ਕਾਰਗੁਜ਼ਾਰੀ ਸਵਾਲਾਂ ਦੇ ਕੇਰੇ ਵਿੱਚ ਵੱਡੀ ਖਬਰ ਹੈ ਜੀ ਖਬਰ ਦੇ ਵੱਲ ਰੁੱਖ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ। ਇੱਕ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਵੰਗਾਰਨ ਵਾਲੇ ਮੁਲਕਵਰੋਧੀ ਅੰਸਰਾਂ ਦੇ ਹੌਸਲੇ ਬਲੰਦ ਹੁੰਦੇ। ਜਾਪ ਰਹੇ ਹਨ ਅਜਿਹਾ ਹੀ ਮਲੋਟ ਫਾਜ਼ਲ ਕਾ ਰੋਡ ਤੇ ਪਿੰਡ ਵਿਰਕ ਖੇੜਾ ਵਿੱਚ ਵੇਖਣ ਨੂੰ ਮਿਲਿਆ ਕਾਬਲੇ ਗੌਰ ਹੈ ਕਿ ਇੱਥੇ ਪੁਲਿਸ ਵੱਲੋਂ ਬਣਾਏ ਬੈਰੀਗੇਡਾਂ ਉੱਪਰ ਖਾਲਿਸਤਾਨ ਦਾ ਝੰਡਾ ਲਾ ਦਿੱਤਾ ਗਿਆ। ਇਹ ਝੰਡਾ ਪਿਛਲੇ 3 ਦਿਨਾਂ ਤੋਂ ਲੱਗਾ ਹੋਣ ਕਾਰਨ ਪੁਲਿਸ ਤੇ ਖੂਫੀਆ ਤੰਤਰ ਦੀ ਕਰ ਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਆਈਆ ਵੀਡੀਓ ਜਨਤਕ ਹੋਣ ਤੋਂ ਬਾਅਦ ਸਦਰ ਮਲੋਟ ਪੁਲਿਸ ਨੇ ਝੰਡਾ ਤੇ ਬੈਰੀਕੇਡ ਕਬਜ਼ੇ ਦੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕੇਸ ਦੀ ਝੰਡੇ ਦੇ ਉੱਪਰ ਖਾਲਿਸਤਾਨ ਤੇ SFJ 2020 ਲਿਖਿਆ ਹੋਇਆ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਜੀ ਆਮ ਜਨਤਾ ਨੂੰ ਝਟਕਾ ਆਉਣ ਵਾਲੇ ਦਿਨਾਂ ਤੋਂ ਮਹਿੰਗੀ ਹੋ ਸਕਦੀ ਆ ਬਿਜਲੀ ਜਾਣੋ ਕਿਉਂ ਆਮ ਜਨਤਾ ਦੇ ਲਈ ਕੰਮ ਦੀ ਖਬਰ ਆ ਜੀ ਕੋਰੋਨਾ ਕਾਰਨ ਮਹਾਮਾਰੀ ਦਾ ਅਸਰ ਹੁਣ ਅਰਥਵਿਵਸਥਾ ਤੋਂ ਬਾਅਦ ਬੁਨਿਆਦੀ ਸੇਵਾਵਾਂ ਤੇ ਪਹੁੰਚ ਸਕਦਾ ਲਾਕਡਾਊਨ ਦੌਰਾਨ ਬਿਜਲੀ ਦੀ ਮੰਗ ਘਟ ਗਈ ਤੇ ਬਿਜਲੀ ਬਿੱਲ ਦੀ ਰਿਕਵਰੀ ਤੋਂ ਵੀ ਪ੍ਰਭਾਵਿਤ ਹੋਈ ਹੈ ਕਿਉਂਕਿ ਬਿਜਲੀ ਦਾ ਬਿੱਲ ਵਸੂਲਣ ਦੀ ਪ੍ਰਕਿਰਿਆ ਵੀ ਪ੍ਰਭਾਵਿਤ ਹੋਈ ਹੈ ਤੇ ਸ਼ੁਰੂਆਤੀ 4 ਮਹੀਨਿਆਂ 'ਚ ਪਾਵਰ ਸੈਕਟਰ 'ਤੇ ਜੋ ਅਸਰ ਪਿਆ ਉਸ ਦੇ ਨਤੀਜੇ ਵਜੋਂ ਜਨਤਾ ਦੀ ਜੇਬ 'ਤੇ ਭਾਰ ਪੈ ਸਕਦਾ ਜਿਸ ਕਾਰਨ ਹੁਣ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਬਿਜਲੀ ਮਹਿੰਗੀ ਹੋ ਸਕਦੀ RBI ਦੀ ਤਾਜ਼ਾ ਰਿਪੋਰਟ ਚ ਇਹ ਸੰਕੇਤ ਮਿਲੇ ਨੇ ਕਿ ਬਿਜਲੀ ਦੀ ਪ੍ਰੋਡਕਸ਼ਨ ਦੀ ਲਾਗਤ ਵਧਣ ਕਾਰਨ ਸਪਲਾਈ ਕੰਪਨੀਆਂ ਨੂੰ ਬਿਜਲੀ ਦੀ ਦਰ ਵਧਾਉਣੀ ਪੈ ਸਕਦੀ ਹੈ। ਸਿਰਫ ਪੰਜ ਰਾਜ ਅਸਾਮ, ਹਰਿਆਣਾ, ਗੋਆ, ਗੁਜਰਾਤ ਤੇ ਮਹਾਰਾਸ਼ਟਰ ਜਿਸ ਦਰ ਤੇ ਬਿਜਲੀ ਖਰੀਦ ਰਹੇ ਹਨ ਉਸ ਦੀ ਪੂਰੀ ਕੀਮਤ ਵਸੂਲਣ 'ਚ ਅਸਫਲ ਰਹੇ ਹਨ। ਬਾਕੀ ਰਾਜਾਂ ਦੇ ਵਿੱਚ ਇਹ ਫਰਕ 30 ਪੈਸੇ ਫੀਸ ਦੀ ਯੂਨਿਟ ਤੋਂ ਲੈ ਕੇ 2 ਰੁਪਏ ਫੀਸ ਦੀ ਯੂਨਿਟ ਤੱਕ ਹੈ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜਿ ਲੁਧਿਆਣਾ ਜ਼ਿਲ੍ਹੇ ਚ ਯੂਰੀਆ ਦਾ ਸਿਰਫ 7% ਤੇ ਡੀਏਪੀ ਖਾਦ ਦਾ 71% ਬਚਿਆ ਪੰਡਰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਯੂਰੀਆ ਤੇ ਡੀਏਪੀ ਖਾਦ ਦੀ ਭਾਰੀ ਕਾਟ ਕਾਰਨ ਕਣਕ ਤੇ ਆਲੂ ਦੀ ਫਸਲ ਦੀ ਬਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਵੱਡੇ ਪੱਧਰ ਤੇ ਜਤਾਈ ਜਾ ਰਹੀ ਹੈ। ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾਕਟਰ ਨਰਿੰਦਰ ਸਿੰਘ ਬੈਣੀਪਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਯੂਰੀਆ ਸਿਰਫ 7 ਦੇਣਾ ਤੇ ਡੀਏਪੀ ਖਾਦ ਲਗਭਗ 71% ਜਿਹੜਾ ਭੰਡਾਰ ਬਚਾ ਜਿਸ ਦਾ ਹੌਲੀ-ਹੌਲੀ ਇਹ ਵੀ ਭੰਡਾਰ ਘਟ ਰਿਹਾ ਕਣਕ ਦੀ ਫਸਲ ਦੀ ਬਜਾਈ ਨਵੰਬਰ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਣ ਦੀ ਉਮੀਦ ਹੈ ਯੂਰੀਆ ਤੇ ਡੀਏਪੀ ਦੋਵੇਂ ਖਾਦਾਂ ਦੀ ਘਾਟ ਕਾਰਨ ਬਜਾਈ ਆ ਜਿਹੜੀ ਉਹ ਪ੍ਰਭਾਵਿਤ ਹੋਣ ਦੇ ਅਸਾਰ ਨਜ਼ਰ ਆ ਰਹੇ ਹਨ ਨਤੀਜੇ ਵਜੋਂ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਕਿਸਾਨ ਸੰਗਠਨ ਪਹਿਲਾਂ ਹੀ ਰਾਜ ਵਿੱਚ ਮਾਲ ਗੱਡੀਆਂ ਦੀ ਆਗਿਆ ਦੇ ਚੁੱਕੇ ਹਨ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕਣਕ ਦੀ ਬਜਾਈ 2.5 ਲੱਖ ਹੈਕਟੇਰ ਅਤੇ ਆਲੂ ਅਤੇ ਹੋਰ ਫਸਲਾਂ 13500 ਹੈਕਟੇਰ ਦੇ ਵਿੱਚ ਕੀਤੀਆਂ ਜਾਂਦੀਆਂ ਹਨ ਤੇ ਡਾਕਟਰ ਬੈਨੀਪਾਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਹਿਕਾਰੀ ਸੁਭਾਵਾਂ ਦੇ ਵਿੱਚ 47432 ਟਨ ਯੂਰੀਆ ਟਨ ਯੂਰੀਆ ਦੀ ਮੰਗ ਦੇ ਮੁਕਾਬਲੇ ਕੇਵਲ 3506 ਟਨ ਕਰੀਬ ਜਿਹੜਾ ਯੂਰੀਆ ਬਚਿਆ ਹੈ ਰਾਸ਼ਨ ਕਾਰਡ ਧਾਰਕਾਂ ਨੂੰ 32 ਰੁਪਏ ਕਿਲੋ ਮਿਲੇਗਾ ਪਿਆਜ਼ ਸੂਬਾ ਸਰਕਾਰ ਨੇ ਕੀਤਾ ਵੱਡਾ ਐਲਾਨ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਗੋਆ ਸਰਕਾਰ ਨੇ ਇੱਕ ਵਿਸ਼ੇਸ਼ ਮੁਹਿੰਮ ਦੇ ਤਹਿਤ ਸੂਬੇ ਦੇ 3.5 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਸਿਰਫ 32 ਰੁਪਏ ਪ੍ਰਤੀ ਕਿਲੋਗ੍ਰam ਦੇ ਵਿੱਚ ਵਿਆਜ ਮਹੱਈਆ ਕਰਵਾਉਣਾ ਕਰਵਾਏਗੀ ਇੱਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਦੱਸਦੀ ਹੈ ਪਿਆਜ਼ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਤੋਂ ਬਾਅਦ ਗੋਆ ਰਾਜ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਲੋਕਾਂ ਨੂੰ ਰੈਤੀ ਦਰ ਤੇ ਪਿਆਜ਼ ਮਹਈਆ ਕਰਵਾਉਣ ਦਾ ਪ੍ਰਸਤਾਵ ਮਨਜ਼ੂਰ ਕੀਤਾ ਸੀ ਜਿਸ ਦੇ ਤਹਿਤ ਸਰਕਾਰ ਇਹ ਵੱਡਾ ਕੰਮ ਕਰ ਰਹੀ ਹੈ ਜੇ ਆਪਾਂ ਦਿੱਲੀ ਦੀ ਗੱਲ ਕਰੀਏ ਤਾਂ ਜੀ ਦਿੱਲੀ ਦੀਆਂ ਠੋਕ ਮੰਡੀਆਂ ਦੇ ਵਿੱਚ ਪਿਆਜ਼ 60 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਪਰ ਗੋਆ ਦੇ ਲੋਕਾਂ ਨੂੰ ਇਹ 32 ਰੁਪਏ ਕਿਲੋ ਮਿਲੇਗਾ ਪਿਆਜ਼ ਵਪਾਰੀਆਂ ਦਾ ਕਹਿਣਾ ਹੈ ਕਿ ਮੀਂਹ ਦੇ ਕਾਰਨ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਵਿੱਚ ਪਿਆਜ਼ ਦੀ ਫਸਲ ਵਿਗੜ ਗਈ ਜਿਸ ਕਾਰਨ ਪਿਆਜ਼ ਮੰਡੀਆਂ 'ਚ ਨਹੀਂ ਪਹੁੰਚ ਸਕਿਆ ਤੇ ਕੀਮਤਾਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਮੁੱਖ ਸਕੱਤਰ ਦਾ ਦਾਵਾ ਪੰਜਾਬ ਵਿੱਚ ਪਰਾਲੀ ਸਾੜਨ 'ਚ ਆਈ ਗ੍ਰਾਵਟ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਝੋਨੇ ਦੀ ਆਮਦ 33% ਦੀ ਜ਼ਿਆਦਾ ਪਰ ਪਰਾਲੀ ਸਾੜਨ ਦਾ ਰੁਝਾਨ 5% ਦੀ ਘਟ ਮੁੱਖ ਸਕੱਤਰ ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਇਸ ਗੱਲ ਤੇ ਦਾਵਾ ਕਰਦੇ ਕਿ ਹੈ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਪਰਾਲੀ ਸਾੜਨ ਦਾ ਰੁਝਾਨ 5% ਦੀ ਘਟਿਆ ਤੇ ਝੋਨੇ ਦੀ ਆਮਦ 33% ਦੀ ਜ਼ਿਆਦਾ ਹੈ ਸ਼ਨੀਵਾਰ ਨੂੰ ਉਹਨਾਂ ਨੇ ਸੀਨੀਅਰ ਅਧਿਕਾਰੀਆਂ ਸਮੂਹੂ ਡਿਪਟੀ ਕਮਿਸ਼ਨਰਾਂ ਤੇ ਐਸਐਸਪੀਜ਼ ਦੇ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਕਿਹਾ ਕਿ ਇਸ ਦਰ ਦੇ ਵਿੱਚ ਹੋਰ ਜ਼ਿਆਦਾ ਕਮੀ ਲਿਆਉਣ ਦੀਆਂ ਕੋਸ਼ਿਸ਼ਾਂ ਹੋਰ ਤੇਜ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਕਿਸਾਨਾਂ ਤੇ ਪਈ ਇੱਕ ਹੋਰ ਵੱਡੀ ਆਫਤ ਕਣਕ ਤੇ ਆਲੂ ਦੀ ਫਸਲ ਹੋਵੇਗੀ ਪ੍ਰਭਾਵਿਤ ਵੱਡੀ ਖਬਰ ਹੈ ਜੀ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਦੁੱਖਾਂ ਦਾ ਮਾਰਿਆ ਇੱਕ ਪਾਸੇ ਸਰਕਾਰ ਤੇ ਦੂਜੇ ਪਾਸੇ ਕੁਦਰਤੀ ਆਫਤਾਂ ਤੇ ਰਹਿੰਦੀ ਹੁੰਦੀ ਕਸਰ ਇਨ੍ਹਾਂ ਖੇਤੀ ਕਾਨੂੰਨਾਂ ਨੇ ਕੱਢ ਦਿੱਤੀ ਸਰੋਤੇ ਵਿਰੁੱਧ ਜੇ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਤਾਂ ਕਮੈਂਟ ਸੈਕਸ਼ਨ 'ਚ ਯੈਸ ਲਿਖਣਾ ਨਾ ਭੁੱਲਿਓ ਆਖਿਰ ਵੱਡਾ ਸਵਾਲ ਉੱਠਦਾ ਕਿ ਕਿਸਾਨ ਜਾਵੇ ਤਾਂ ਕਿੱਥੇ ਜਾਵੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਯੂਰੀਆ ਡੀਏਪੀ ਖਾਦ ਦਾ ਭਾਰੀ ਘਾਟ ਦੇ ਕਾਰਨ ਆਲੂ ਅਤੇ ਕਣਕ ਦੀ ਫਸਲ ਦੀ ਬਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਸਾਨੂੰ ਗਰਾਊਂਡ ਰਿਪੋਰਟ ਲਗਭਗ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਆ ਰਹੀ ਹੈ ਕਿ ਸਹਿਕਾਰੀ ਸੁਭਾਵਾਂ ਦੇ ਵਿੱਚੋਂ ਕਿਸਾਨਾਂ ਨੂੰ ਯੂਰੀਆ ਮਿਲ ਨਹੀਂ ਰਹੀ ਸੋ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕਿੱਲਤ ਜਿਹੜੀ ਆ ਗਈ ਹੈ ਸੋ ਜ਼ਿਲ੍ਹਿਆਂ ਦੇ ਵਿੱਚ ਸਿਰਫ 7% ਯੂਰੀਆ ਤੇ ਡੀਏਪੀ ਜਿਹੜੀ ਉਹ 75 ਕੁ ਪਤ ਤੀਸ਼ਤ 70% ਬਾਕੀ ਆ ਤੇ ਹੌਲੀ ਹੌਲੀ ਇਹ ਵੀ ਖਤਮ ਹੋ ਜਾਵੇਗੀ ਕਣਕ ਦੀ ਬਜਾਈ ਨਵੰਬਰ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਣ ਦੀ ਉਮੀਦ ਹੈ ਪਰ ਲੋਕਾਂ ਨੂੰ ਹਾਲੇ ਤੱਕ ਕਿਸਾਨਾਂ ਵੀਰਾਂ ਨੂੰ ਹਾਲੇ ਤੱਕ ਯੂਰੀਆ ਤੇ ਡੀਏਪੀ ਦੀ ਘਾਟ ਦੇ ਨਾਲ ਇਸ ਬਜਾਈ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਵੱਡੇ ਪੱਧਰ ਤੇ ਆ ਨਤੀਜੇ ਵਜੋਂ ਕਿਸਾਨਾਂ ਨੂੰ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਜੀ ਪੰਜਾਬ ਐਗਰੋ ਟੀਵੀ ਸ਼ੋਅ ਰਾਹੀਂ ਸਿੱਧਾ ਜੁੜੇਗਾ ਕਿਸਾਨਾਂ ਦੇ ਨਾਲ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਇੱਕ ਹਫਤਾਵਾਰੀ ਟੀਵੀ ਸ਼ੋਅ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਸੂਬੇ ਦੇ ਕਿਸਾਨਾਂ ਨਾਲ ਵੱਧ ਤੋਂ ਵੱਧ ਜੁੜਿਆ ਜਾ ਸਕੇ ਇਹ ਸ਼ੋਅ ਜਲੰਧਰ ਦੂਰਦਰਸ਼ਨ ਤੇ ਡੀਡੀ ਪੰਜਾਬੀ ਦੇ ਉੱਤੇ ਹਰ ਸ਼ਨੀਵਾਰ ਸ਼ਾਮ 5:30 ਵਜੇ ਪ੍ਰਸਾਰਿਤ ਕੀਤਾ ਜਾਵੇਗਾ ਇਸ ਦਾ ਨਾਮ 5 ਰਿਵਰਸ ਰੱਖਿਆ ਜਾਵੇਗਾ ਇਹ ਸ਼ੋਅ 23 ਮਿੰਟਾਂ ਦਾ ਹੋਵੇਗਾ ਇਸ ਵਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਖੇਤੀਬਾੜੀ ਵਿਭਾਗ ਪੰਜਾਬ ਦੇ ਮਾਹਰ ਅਤੇ ਪੰਜਾਬ ਐਗਰੋ ਨਾਲ ਸੰਬੰਧਿਤ ਅਧਿਕਾਰੀਆਂ ਦੇ ਵੱਲੋਂ ਚੱਲ ਰਹੇ ਵਿਸ਼ਾ ਸੰਬੰਧੀ ਵਿਚਾਰ ਵਟਾਂਦਰੇ ਕੀਤੇ ਜਾਣਗੇ ਦੱਸਣਯੋਗ ਹੈ ਕਿ ਇਸ ਸ਼ੋਅ ਦੀ ਮੇਜਬਾਨੀ ਅਤੇ ਨਿਰਦੇਸ਼ਨ ਲਈ ਸਾਬਕਾ ਐਮਡੀ ਮਾਰਕਫੈੱਡ ਤੇ ਉੱਗੇ ਟੈਲੀਵਿਜ਼ਨ ਤੇ ਫਿਲਮ ਕਲਾਕਾਰ ਬਾਲ ਮੁਕੰਦ ਸ਼ਰਮਾ ਦੇ ਵੱਲੋਂ ਕੀਤੀ ਜਾਵੇਗੀ ਇਸ ਦੀ ਸਕ੍ਰਿਪਟ ਡਾਕਟਰ ਰਣਜੀਤ ਸਿੰਘ ਤੰਬਰ ਸਾਬਕਾ ਮੁਖੀ ਐਕਸਟੈਂਸ਼ਨ ਐਜੂਕੇਸ਼ਨ ਵਿਭਾਗ ਪੀਏਯੂ ਦੇ ਵੱਲੋਂ ਹਰ ਹਫ਼ਤੇ ਲਿਖੀ ਜਾਵੇਗੀ ਕਰੋਨਾ ਨਾਲ ਪੀੜਤ ਤਾਮਿਲਨਾਡੂ ਦੇ ਖੇਤੀਬਾੜੀ ਮੰਤਰੀ ਦਾ ਦੇਹਾਂਤ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਕਰੋਨਾ ਦੇ ਵਾਇਰਸ ਤੋਂ ਪੀੜਤ ਤਾਮਿਲਨਾਡੂ ਦੇ ਖੇਤੀਬਾੜੀ ਮੰਤਰੀ ਆਰ ਦੋਰਾ ਇਕਨੂ ਦਾ ਸ਼ਨੀਵਾਰ ਦੇਰ ਰਾਤ ਚਨਈ ਦੇ ਕਾਵੇਰੀ ਹਸਪਤਾਲ ਦੇ ਵਿੱਚ ਦਿਹਾਂਤ ਹੋ ਗਿਆ ਆਰ ਦੋਰਾ ਇਕਨੂ ਨੂੰ 13 ਅਕਤੂਬਰ ਨੂੰ ਸਾਦੀ ਸਮੱਸਿਆ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ ਸ਼ਨੀਵਾਰ ਨੂੰ ਕਾਵੇਰੀ ਹਸਪਤਾਲ ਦੀ ਕਾਰਗੁਜ਼ਾਰੀ ਨਿਰਦੇਸ਼ਕ ਡਾਕਟਰ ਅਰਵਿੰਦਨ ਸੇਲਵ ਰਾਜ ਨੇ ਸਿਹਤ ਬੁਲਟਨ ਦੇ ਵਿੱਚ ਦੱਸਿਆ ਕਿ ਸਿਹਤ ਮੰਤਰੀ ਦਾ ਸੋਮਵਾਰ ਨੂੰ ਕੋਵਿਡ-19 ਦੀ ਬਜਾਏ ਦੇ ਨਾਲ ਹੋਏ ਗੰਭੀਰ ਨਮੂਨਿਆਂ ਦਾ ਇਲਾਜ ਸ਼ੁਰੂ ਕੀਤਾ ਗਿਆ ਸੀ ਤੇ ਕਈ ਹੋਰ ਬਿਮਾਰੀਆਂ ਦੀ ਵਜ੍ਹਾ ਦੇ ਨਾਲ ਇਹਨਾਂ ਦੇ ਕਈ ਅੰਗਾਂ ਦੇ ਵਿੱਚ ਕੰਮ ਕਰਨ 'ਚੋਂ ਪਰੇਸ਼ਾਨੀ ਹੋ ਰਹੀ ਸੀ ਹਸਪਤਾਲ ਨੇ ਦੱਸਿਆ ਕਿ ਸੀਟੀ ਸਕੈਨ ਦੇ ਮੁਤਾਬਕ ਉਹਨਾਂ ਦੇ ਫੇਸ ਫੇਫੜਿਆਂ ਦਾ 95% ਹਿੱਸਾ ਜਿਹੜਾ ਇਨਫੈਕਟਡ ਹੋ ਗਿਆ ਸੀ ਉਹਨਾਂ ਨੂੰ ਈਸੀਓਐਮ ਤੇ ਵੈਂਟੀਲੇਟਰ ਤੇ ਰੱਖਿਆ ਗਿਆ ਸੀ ਜਿਸ ਕਾਰਨ ਉਹਨਾਂ ਨੇ ਦਮ ਤੋੜ ਦਿੱਤਾ ਗੁੱਜਰ ਅੰਦੋਲਨ ਮੁਲਤਵੀ ਸਰਕਾਰ ਨੇ ਮੰਗੀਆਂ ਮੰਨਾਂ ਸਰਕਾਰੀ ਨੌਕਰੀ 'ਚੋਂ 5% ਮਿਲੇਗਾ ਰਾਖਵਾ ਕਰਨ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਜੈਪੁਰ ਤੋਂ ਰਾਜਸਥਾਨ ਦੇ ਵਿੱਚ ਐਤਵਾਰ ਤੋਂ ਸ਼ੁਰੂ ਹੋਣ ਵਾਲਾ ਗੁੱਜਰ ਅੰਦੋਲਨ ਮੁਲਤਵੀ ਹੋ ਗਿਆ ਸੂਬੇ ਦੀ ਆਸ਼ੋਕ ਗਹਿਲੋਤ ਸਰਕਾਰ ਨੇ ਗੁੱਜਰ ਨੇਤਾਵਾਂ ਵਿਚਾਲੇ ਸ਼ਨੀਵਾਰ ਨੂੰ ਜੈਪੁਰ ਤੋਂ 6 ਘੰਟੇ ਤੱਕ ਚੱਲੀ ਗੱਲਬਾਤ ਸਫਲ ਰਹੀਆ ਇਸ ਗੱਲਬਾਤ ਵਿੱਚ ਦੋਨਾਂ ਧਿਰਾਂ ਦੇ ਵਿਚਾਲੇ 14 ਬਿੰਦਵਾਂ ਤੇ ਸਹਿਮਤੀ ਬਣੀ ਸਰਕਾਰ 5% ਦੀ ਗੁੱਜਰ ਰਾਖਵਾ ਕਰਨ ਦੇਣ ਨੂੰ ਰਾਜ਼ੀ ਹੋ ਗਈ ਹੈ ਗੁੱਜਰ ਸਮਾਜ ਇੱਕਤਰ ਹਿੰਮਤ ਸਿੰਘ ਗੁੱਜਰ ਦੀ ਅਗਵਾਈ ਮੰਤਰੀ ਰੁਗ ਸ਼ਰਮਾ ਨੂੰ ਮਿਲਿਆ ਬੈਠਕ ਤੋਂ ਬਾਅਦ ਰਾਤ ਨੂੰ ਅਜੋਜਿਤ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਡੀਕਲ ਮੰਤਰੀ ਡਾਕਟਰ ਰਗ ਸ਼ਰਮਾ ਨੇ 14 ਬਿੰਦੂ ਪੜ੍ਹ ਕੇ ਸੁਣਾਏ ਜਿਨ੍ਹਾਂ ਤੇ ਸਹਿਮਤੀ ਬਣੀ ਤੇ ਨੌਜਵਾਨ ਮਾਮਲੇ ਦੇ ਖੇਡ ਸੂਬਾ ਮੰਤਰੀ ਅਸ਼ੋਕ ਚੰਦrana ਨੇ ਕਿਹਾ ਕਿ ਸਮਝੌਤੇ ਤੇ ਬਿੰਦਵਾਂ ਦੀ ਪਾਲਣਾ ਤੁਰੰਤ ਪ੍ਰਭਾਵ ਨਾਲ ਕੀਤੀ ਜਾਵੇਗੀ ਸੋ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੁੱਜਰ ਨੇਤਾ ਹਿੰਮਤ ਸਿੰਘ ਨੇ ਕਿਹਾ ਕਿ ਹਿੰਮਤ ਸਿੰਘ ਗੁੱਜਰ ਦਾ ਕਹਿਣਾ ਹੈ ਕਿ ਸਰਕਾਰ ਦੇ ਨਾਲ ਉਹਨਾਂ ਦੀ ਸਕਾਰਾਤਮਕ ਗੱਲ ਹੋਈ ਆ ਤੇ ਸਰਕਾਰ 14 ਬਿੰਦਵਾਂ ਤੇ ਸਹਿਮਤ ਹੋ ਚੁੱਕੀ ਆ ਲਿਹਾਜ਼ਾ ਹੁਣ ਕਿਸੇ ਅੰਦੋਲਨ ਦੀ ਜ਼ਰੂਰਤ ਨਹੀਂ ਉਹਨਾਂ ਨੂੰ ਉਮੀਦ ਹੈ ਕਿ ਸਾਰੀਆਂ ਮੰਗਾਂ ਪੂਰੀਆਂ ਕਰਕੇ ਉਹਨਾਂ ਨੂੰ ਮੰਗੀਆਂ ਜਾਵੇਗੀਆਂ ਦਿੱਲੀ ਵਿੱਚ ਹਾਈ ਅਲਰਟ ਅੱਤਵਾਦੀ ਖਤਰੇ ਤੇ ਮੱਦੇਨਜ਼ਰ ਵਧਾਈ ਗਈ ਸੁਰੱਖਿਆ ਦਿੱਲੀ ਕਈ ਵਾਰਾਂ ਤੋਂ ਅੱਤਵਾਦੀਆਂ ਦੇ ਨਿਸ਼ਾਨੇ ਤਰਈਆ ਦਿਵਾਲੀ ਮੌਕੇ ਸਰੋਜਨੀ ਨਗਰ ਮਾਰਕੀਟ ਦੇ ਸਮਿੱਧ ਕਈ ਥਾਵਾਂ ਤੇ ਅੱਤਵਾਦੀ ਘਟਨਾਵਾਂ ਵਾਪਰ ਚੁੱਕੀਆਂ ਹਨ ਲਿਹਾਜ਼ਾ ਅੱਤਵਾਦੀ ਖਤਰੇ ਦੇ ਮੱਦੇਨਜ਼ਰ ਸਨੇਚਰਵਾਰ ਨੂੰ ਦਿੱਲੀ 'ਚ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਹੈ ਪੁਲਿਸ ਕਮਿਸ਼ਨਰ ਐਸ ਐਨ ਸ਼੍ਰੀਵਾਸਤਵ ਦੇ ਨਿਰਦੇਸ਼ ਤੇ ਪੂਰੀ ਦਿੱਲੀ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ ਕਮਿਸ਼ਨਰ ਨੇ ਸਾਰੇ ਥਾਣੇ ਮੁਖੀਆਂ ਨੂੰ ਸਾਫ਼ ਕਰ ਦਿੱਤਾ ਹੈ ਕਿ ਸੁਰੱਖਿਆ ਚੂ ਪੂਰਾ ਵੀ ਲਾਪਰਵਾਹੀ برداشت ਨਹੀਂ ਕੀਤੀ ਜਾਵੇਗੀ 15 ਜ਼ਿਲ੍ਹਿਆਂ ਦੇ ਡੀਸੀਪੀ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਆਪਣੇ ਜ਼ਿਲ੍ਹੇ ਦੀ ਸੁਰੱਖਿਆ ਤੇਜ਼ ਕਰ ਦੇਣ ਅੱਜ ਤੋਂ ਰੇਲਵੇ ਚਲਾਏਗਾ 610 ਨਵੀਆਂ ਲੋਕਲ ਟ੍ਰੇਨਾਂ ਵਾਇਰਸ ਮਹਾਂਮਾਰੀ ਕਾਰਨ ਮੁੰਬਈ ਦੀ ਉਪਨਗਰੀ ਰੇਲ ਸੇਵਾ ਜੋ ਅੱਜ ਕਾਫੀ ਹਿੱਸਾ ਬੰਦ ਸੀ ਤੇ ਰੇਲਵੇ ਨੇ ਆਨਲੌਕ ਪ੍ਰਕਿਰਿਆ ਦੇ ਤਹਿਤ ਪੜਾਵਾਂ ਚ ਹੌਲੀ-ਹੌਲੀ ਢਿੱਲ ਦਿੰਦੇ ਹੋਏ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਹੈ ਰੇਲ ਮੰਤਰੀ ਪਿਊਸ਼ ਗੁਲ ਨੇ ਕਿਹਾ ਕਿ ਮumbai ਚ ਰੇਲਵੇ 1 ਨਵੰਬਰ ਤੋਂ 610 ਸਪੈਸ਼ਲ ਓਪਨਗਰੀ ਸੇਵਾਵਾਂ ਵਾਲੀਆਂ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਕਰੇਗਾ ਇਸ ਤੋਂ ਬਾਅਦ ਮumbai ਚ ਕੁੱਲ ਓਪਨਗਰੀ ਟ੍ਰੇਨਾਂ ਦੀ ਗਿਣਤੀ 220 ਹੋ ਜਾਵੇਗੀ ਜੱਗੂ ਭਗਵਾਨਪੁਰੀਆ ਕੋਲੋਂ ਹੋ ਸਕਦੀ ਆ ਕਾਮਰੇਡ ਦੇ ਕਤਲ ਬਾਰੇ ਪੁੱਛਗਿੱਛ ਬਠਿੰਡਾ ਦੀ ਜੇਲ੍ਹ ਚ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਜਿੱਥੇ ਜੱਗੂ ਭਗਵਾਨਪੁਰੀਆ ਦਾ ਪੁਲਸ ਰਿਮਾਂਡ ਐਤਵਾਰ ਨੂੰ ਖਤਮ ਹੋ ਜਾਵੇਗਾ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਪਹਿਲਾਂ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਸ ਦਾ ਨਾਂ ਆ ਚੁੱਕਾ ਪਿਛਲੇ ਦਿਨੀ ਪਿੱਖੀਵਿੰਡ ਚ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਦੀ ਹਤਿਆ ਦੇ ਬਾਰੇ ਹੋ ਸਕਦੀ ਹੈ ਜੀ ਪੁੱਛ ਕੇ ਇਸ ਬਾਰੇ ਪੁਲਿਸ ਜਾਂਚ ਕਰੀ ਹੈ ਹਾਲਾਂਕਿ ਇਸ ਬਾਰੇ ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਨਹੀਂ ਕੀਤੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਬਾਦਲਾਂ ਅਤੇ ਕਾਂਗਰਸ ਦੀ ਨਲਾਇਕੀ ਕਾਰਨ ਹੁਣ ਪੰਜਾਬ ਯੂਨੀਵਰਸਿਟੀ ਵੀ ਪੰਜਾਬ ਹੱਥੋਂ ਖੋਸ ਜਾਣ ਦਾ ਡਰ ਭੂਮਾ ਬਾਦਲਾ ਨੇ ਭਾਜਪਾ ਨਾਲ ਯਾਰੀ ਨਿਭਾਉਣ ਲਈ ਪੰਜਾਬ ਦੇ ਹੱਕਾਂ ਦੀ ਦਿੱਤੀ ਬਲੀ ਤੇ ਮੋਦੀ ਪੰਜਾਬ ਯੂਨੀਵਰਸਿਟੀ ਨੂੰ ਭਾਗਵਾ ਕਰਨ ਦੇ ਰੰਗਨ ਦੀ ਆਪਣੀ ਨੀਅਤ ਛੱਡੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਬੁਲਾਰੇ ਮਨਜੀਤ ਸਿੰਘ ਭੂਮਾ ਨੇ ਕੇਂਦਰ ਸਰਕਾਰ ਦੁਆਰਾ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੀ ਚੁਣੀ ਹੋਈ ਸੈਨੇਟ ਨੂੰ ਖਤਮ ਕਰਕੇ ਕੇਂਦਰ ਦੀ ਸफारਸ ਤੇ ਨਵਾਂ ਸਲਾਹਕਾਰੀ ਬੋਰਡ ਬਣਾ ਕੇ ਯੂਨੀਵਰਸਿਟੀ ਦੇ ਕਾਰਜ ਕਰਨ ਦੀ ਤਜਵੀਜ਼ ਦਾ ਸਖਤ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਬਣਾਈ ਨਵੀਂ ਵਿਦਿਅਕ ਨੀਤੀ 2020 ਦੇ ਅਧੀਨ ਕੇਂਦਰ ਸਰਕਾਰ ਸਿੱਖਿਆ ਅਦਾਰਿਆਂ ਉੱਤੇ ਆਰਐਸ ਦਾ ਕਬਜ਼ਾ ਕਰਨ ਦੇ ਮੰਤਵ ਨਾਲ ਨਵੀਆਂ ਚਾਲਾਂ ਚੱਲ ਰਹੀਆਂ ਉਹਨਾਂ ਨੇ ਕਿਹਾ ਮੌਜੂਦਾ ਸਮੇਂ ਤੂ ਪੰਜਾਬ ਯੂਨੀਵਰਸਿਟੀ ਸੈਨੇਟ ਮੈਂਬਰਾਂ ਦੀ ਸਲਾਹ ਦੇ ਨਾਲ ਕਾਰਜ ਕਰਦੀ ਸੀ ਜੋ ਕਿ ਮੋਦੀ ਸਰਕਾਰ ਖਤਮ ਕਰਕੇ ਆਪਣੇ ਹੱਥ ਠੋਕਿਆਂ ਨੂੰ ਸਿੱਧਾ ਪ੍ਰਬੰਧ ਦੇਣਾ ਚਾਹੁੰਦੀ ਹੈ ਉਹਨਾਂ ਨੇ ਬਾਦਲਾ ਤੇ ਪੰਜਾਬ ਦੇ ਕਾਂਗਰਸੀਆਂ ਨੂੰ ਇਸ ਮਾਮਲੇ ਦੇ ਉੱਤੇ ਚੁੱਪੀ ਉਤੇ ਸਵਾਲ ਖੜੇ ਕਰਦਾ ਕਿ ਹੈ ਕਿ ਦੋਵਾਂ ਨੇ ਆਪਣੇ ਆਕਾਵਾਂ ਮੋਦੀ ਤੇ ਗਾਂਧੀ ਪਰਿਵਾਰ ਤੋਂ ਨਾਰਾਜ਼ ਕਰਨ ਤੋਂ ਡਰਦੇ ਹਨ ਇਸ ਲਈ ਉਹਨਾਂ ਦੇ ਖਿਲਾਫ ਮੂੰਹ ਨਹੀਂ ਖੋਲਦੇ ਇਹੋ ਕਾਰਨ ਹੈ ਕਿ ਕੱਲ ਦਾ ਮੂਰੀ ਪੰਜਾਬ ਅੱਜ ਹਰ ਪੱਖ ਤੋਂ ਪਛੜਦਾ ਜਾ ਰਿਹਾ ਮੋਦੀ ਕਿਸਾਨ ਵਿਰੋਧੀ ਬਿੱਲਾਂ ਕਾਰਨ ਪੰਜਾਬ ਦੇ ਵਿੱਚ ਪਹਿਲਾ ਵਿਰੋਧ ਦੇ ਢੇਰ ਤੇ ਖੜਾ ਹੋਇਆ ਹੈ ਐਲਪੀਜੀ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਜਾਰੀ ਸੋ ਵਾਧੀ ਹੋਈ ਮਹਿੰਗਾਈ ਦੇ ਵਿੱਚ ਕਾਰ ਨਵੰਬਰ ਮਹੀਨੇ ਚੋਂ ਗੈਸ ਦੀਆਂ ਕੀਮਤਾਂ ਵਿੱਚ ਕੋਈ ਵਾਦਾ ਨਹੀਂ ਹੋਇਆ ਹਾਲਾਂਕਿ 19 ਕਿਲੋ ਵਪਾਰ ਗੈਸ ਦੀ ਕੀਮਤ ਵਿੱਚ 78 ਰੁਪਏ ਤੱਕ ਵਾਦਾ ਕਰ ਦਿੱਤਾ ਗਿਆ ਹੈ। ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਨ ਵਾਲੇ ਧੂਖਾ ਬਾਜ਼ਾਂ ਦੇ ਖਿਲਾਫ ਮਾਮਲਾ ਦਰਜ। ਮੁਹਾਲੀ ਦੇ ਵਿੱਚੋਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਕਰਨ ਵਾਲੇ ਧੋਖੇਗਬਾਜ਼ਾਂ ਦੇ ਖਿਲਾਫ ਨਕੇਲ ਕੱਸਦੇ ਹੋਏ ਸਤਨਾਮ ਸਿੰਘ ਵਾਸੀ ਪਿੰਡ ਚੈਲਕਲਾਂ ਤੇ ਜੀਰਕਪੁਰ ਥਾਣੇ ਨੂੰ ਕੇਸ ਦਰਜ ਕੀਤਾ ਗਿਆ ਤੇ ਉਸ ਤੋਂ ਬਾਅਦ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਐਸਪੀ ਦਿਹਾਤੀ ਰਵਜ ਜੋਤਕੌਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਅਲੱਗ-ਅਲੱਗ ਵਿਅਕਤੀਆਂ ਨੂੰ ਵਿਦੇਸ਼ ਭੇਜਣ ਦਾ ਚਾਂਸਾ ਦੇ ਕੇ 452000 ਰੁਪਏ ਦੀ ਠੱਗੀ ਕੀਤੀ 1 ਨਵੰਬਰ ਤੋਂ 3 ਨਵੰਬਰ ਤੱਕ ਪੰਜਾਬ ਸਰਕਾਰ ਨੇ ਕੰਟੇਨਮੈਂਟ ਜ਼ੋਨਾਂ 'ਚ ਵਧਾਇਆ ਲੌਕਡਾਊਨ ਬਾਕੀ ਦਾਮਾਂ ਤੇ ਦਿੱਤੀ ਖੁੱਲ ਵੱਡੀ ਖਬਰ ਹੈ ਜੀ ਸੋ ਦੋਸਤੋ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਔਰਤ ਗਰਭਵਤੀ ਔਰਤ ਦੇ ਢਿੱਡ ਦੇ ਵਿੱਚ ਮੁਕੇ ਮਾਰਨ ਤੇ 3 ਮਹੀਨੇ ਭਰੂਣ ਬੱਚੇ ਦੀ ਮੌਤ ਦੇ ਦੋਸ਼ ਵਿੱਚ 3 ਲੋਕਾਂ ਨੂੰ ਨਾਮਜ਼ਦ ਕਰਦਿਆ ਜੀ ਫਿਰੋਜ਼ਪੁਰ ਦੇ ਵਿੱਚ ਇੱਕ ਗਰਭਵਤੀ ਔਰਤ ਦੀ ਕੋਟਮਾਰ ਕਰਨ ਤੇ ਉਸਦੇ ਢਿੱਡ ਵਿੱਚ ਮੁਕੇ ਮਾਰ ਕੇ 3 ਮਹੀਨੇ ਦੇ ਭਰੂਣ ਬੱਚੇ ਦੀ ਮੌਤ ਹੋ ਜਾਣ ਦੇ ਦੋਸ਼ ਵਿੱਚ ਠਾਣਾ ਸਦਰ ਦੇ ਪੁਲਿਸ ਨੇ 3 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜੀ ਤੁਸੀਂ ਦੱਸ ਸਕਦੇ ਹੋ ਇਹਨਾਂ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਕਮੈਂਟ ਸੈਕਸ਼ਨ 'ਚ ਜ਼ਰੂਰ ਲਿਖੋ ਪਰਾਲੀ ਸਾੜਨ ਦੇ ਦੋਸ਼ ਚ ਕਿਸਾਨ ਦੀ ਪੁੱਛਗਿੱਛ ਕਰਨ ਦੇ ਵਿਰੋਧ ਥਾਣੇ ਅੱਗੇ ਲਾਇਆ ਗਿਆ ਕਿਸਾਨਾਂ ਦੇ ਵੱਲੋਂ ਕਾਫੀ ਵੱਡਾ ਧਰਨਾ ਤੇ ਸਰਕਾਰ ਦੇ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਕੀਤੇ ਵੱਡੇ ਐਲਾਨ ਸੋ ਅੱਜ ਮੰਤਰੀਆਂ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਮੀਟਿੰਗ ਹੋਈ ਖਾਸ ਕੀ ਹੋਵੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਏਜੰਡੇ ਤੇ ਵੀ ਮੀਟਿੰਗਾਂ ਹੋਈਆਂ ਜਿਹੜੀਆਂ ਸਾਡੀਆਂ ਕਿਸਾਨ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਵੀ ਹੋਈਆਂ ਤੇ ਇਹਨਾਂ ਮੰਗੀਆਂ ਹੋਈਆਂ ਮੰਨਾਂ ਤੇ ਪੰਜਾਬ ਸਰਕਾਰ ਦੇ ਮੰਤਰੀ ਨੇ ਭਰੋਸਾ ਦਿਵਾਇਆ ਕਿ ਛੇਤੀ ਧਿਆਨ ਦੇਣਗੇ ਵੀਡੀਓ ਦੇਖਣ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਧੰਨਵਾਦ